ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਚੋ ਨਸ਼ੇ ਦੇ ਖਾਤਮੇ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ। ਇਸੇ ਤਹਿਤ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਨਵਾਂ ਦਫਤਰ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਇੰਨਾ ਹੀ ਨਹੀਂ, ਨਸ਼ੇ ਦੀ ਰੋਕਥਾਮ ਲਈ ਵਟਸਐਪ ਨੰਬਰ 9779100200 ਵੀ ਜਾਰੀ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇਸ਼ ਦੀ ਪਹਿਲੀ ਅਜਿਹੀ ਫੋਰਸ ਹੈ ਜੋ ਕੇਵਲ ਨਸ਼ੇ ਦੀ ਰੋਕਥਾਮ ਲਈ ਕੰਮ ਕਰੇਗੀ। ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਫੋਰਸ ਨਸ਼ਾ ਤਸਕਰਾਂ ਤੇ ਤਿੱਖੀ ਨਜ਼ਰ ਰੱਖੇਗੀ। ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ ਵਟਸਐਪ ਚੈਟਬੋਟ ਜੋ ਉਹਦਾ ਉਦਘਾਟਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫੋਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਜਾਂ ਇਨਫੋਰਮੇਸ਼ਨ ਲੈ ਸਕਦਾ। ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਇਨਫੋਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਸਰਕਾਰੀ ਸਕੂਲ ਦਾ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਟੱਡੀ ਜਿਹੜੀ ਹੈ ਠੀਕ ਨਹੀਂ ਹੁੰਦੀ, ਇਸੇ ਕਰਕੇ ਹਰ ਇੱਕ ਮਾਂ ਬਾਪ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਬੱਚਿਆਂ ਨੂੰ ਉਹ ਕਿਸੇ ਪ੍ਰਾਈਵੇਟ ਸਕੂਲ ਵਿੱਚ ਐਡਮਿਸ਼ਨ ਦਿਲਾਉਣ ਤਾਂ ਕਿ ਉਹਨਾਂ ਦੀ ਬੱਚਾ ਜਿਹੜਾ ਪੜ੍ਹ ਲਿਖ ਕੇ ਕੋਈ ਅੱਛਾ ਆਦਮੀ ਬਣ ਸਕੇ। ਪਰ ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ 'ਚ ਲੈ ਕੇ ਆਏ ਹਾਂ ਔਰ ਅਸੀਂ ਦੱਸ ਦਈਏ ਇਹ ਜਿਹੜਾ ਸਰਕਾਰੀ ਸਕੂਲ ਹੈ ਚੰਡੀਗੜ੍ਹ ਦਾ ਸੈਕਟਰ 18 'ਚ ਆ, ਕੁੜੀਆਂ ਦਾ ਸਕੂਲ ਹੈਗਾ, ਮਾਡਲ ਸਕੂਲ ਹੈਗਾ। ਔਰ ਦੂਜੀ ਗੱਲ ਇਹ ਹੈ ਇਹ ਪ੍ਰਾਈਵੇਟ ਸਕੂਲ ਨੂੰ ਮਾਤ ਕਰਦਾ ਔਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਗ੍ਰੀਨ ਹਾਊਸ ਬਣਿਆ ਹੋਇਆ ਇਹ ਸਰਕਾਰੀ ਸਕੂਲ ਦੇ ਵਿੱਚ ਬਣਿਆ ਹੋਇਆ ਔਰ ਬੱਚਿਆਂ ਨੂੰ ਸਿਰਫ ਟ੍ਰੇਨਿੰਗ ਦੇਣ ਲਈ ਇਹ ਗ੍ਰੀਨ ਹਾਊਸ ਇੱਥੇ ਬਣਾ ਰੱਖਿਆ ਔਰ ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਦੇਖੋ ਜ਼ਮੀਨ 'ਤੇ ਖੇਤੀ ਅਸੀਂ ਆਮ ਦੇਖੀ ਆ, ਸਭ ਨੇ ਦੇਖੀ ਹੋਣੀ ਆ ਵੀ ਜ਼ਮੀਨ 'ਤੇ ਵੀ ਖੇਤੀ ਹੁੰਦੀ ਆ ਪਰ ਪਾਣੀ 'ਤੇ ਉੱਤੇ ਖੇਤੀ ਹੁੰਦੀ ਆ ਇਹ ਸ਼ਾਇਦ ਕਿਸੇ ਨੇ ਨਹੀਂ ਸੁਣਿਆ ਹੋਣਾ। ਪਰ ਇੱਥੇ ਬੱਚਿਆਂ ਨੂੰ ਕੰਸੈਪਟ ਤਿਆਰ ਕਰਾਇਆ ਜਾਂਦਾ, ਦੱਸਿਆ ਜਾਂਦਾ ਕਿ ਪਾਣੀ ਦੇ ਉੱਤੇ ਵੀ ਖੇਤੀ ਕੀਤੀ ਜਾ ਸਕਦੀ ਹੈ। ਸ਼ਹਿਰਾਂ ਦੇ ਵਿੱਚ ਜਿੱਥੇ ਜਗ੍ਹਾ ਦੀ ਕਮੀ ਹੈ ਉੱਥੇ ਪਾਈਪ ਦੇ ਥਰੂ ਪਾਣੀ 'ਚ ਖੇਤੀ ਕੀਤੀ ਜਾ ਸਕਦੀ ਆ। ਕਿੱਦਾਂ ਕੀਤੀ ਜਾ ਸਕਦੀ ਆ ਇਹ ਆਪਾਂ ਇੱਥੇ ਦੇ ਬੱਚਿਆਂ ਤੋਂ ਸਿੱਖਦੇ ਹਾਂ। ਕੀ ਨਾਮ ਬੇਟਾ ਆਪਕਾ? ਮੇਰਾ ਨਾਮ ਕਸ਼ਿਸ਼। ਕੌਨ ਸੀ ਕਲਾਸ ਕੇ ਸਟੂਡੈਂਟ ਹੋ? 10th ਹੈ। 10th ਹੈ। ਔਰ ਆਪਕਾ ਜੀ? ਅਨਸ਼ਿਕਾ। ਆਪ ਵੀ 10th ਕੇ? ਹਾਂਜੀ। ਆਪਕਾ? ਮਾਨਿਆ। ਔਰ ਆਪ ਵੀ 10th ਕੇ ਹੋ? ਯੈਸ ਸਰ। ਤੋ ਮੈਂ ਆਪਸੇ ਯੇ ਜਾਨਣਾ ਚਾਹ ਰਹਾ ਥਾ ਵੀ ਪਾਣੀ ਪੇ ਖੇਤੀ ਕੈਸੇ ਕੀ ਜਾ ਸਕਤੀ ਹੈ? ਇਸਮੇ ਜੈਸੇ ਕਿ ਇਹ ਪਾਈਪ ਹੈ ਤੋ ਇਸਮੇ ਨਾ ਸੇ ਪਾਣੀ ਸਰਕੂਲੇਟ। ਇਹ ਪਾਣੀ ਹੈ? ਪਾਣੀ ਵਾਲੀ ਪਾਈਪ ਹੈ? ਪਾਣੀ ਵਾਲੀ ਪਾਈਪ ਹੈ। ਇਹ ਪਾਣੀ ਸੇ ਚਲਤੀ ਹੈ, ਇਸਮੇ ਕੋਈ ਸੋਇਲ ਨਹੀਂ ਹੁੰਦੀ ਔਰ ਇਸਮੇ ਓਨਲੀ ਪਲਾਂਟ। ਇਸਮੇ ਕੋਈ ਮਿੱਟੀ ਨਹੀਂ ਹੈ? ਕੋਈ ਮਿੱਟੀ ਨਹੀਂ ਹੈ। ਇਹ ਪੌਦੇ ਲਗੇ ਹੋਏ ਹੈ? ਪੌਦੇ ਹੈ, ਇਹ ਪਾਣੀ ਸੇ ਹੈ, ਪੂਰੇ ਪਾਣੀ ਸੇ। ਔਰ ਇਸਮੇ ਜੈਸੇ ਕਿ ਮੋਟਰ ਚਲਤੀ ਹੈ ਤੋ ਪਾਣੀ ਸਾਰਾ ਆਤਾ ਹੈ, ਯੇ ਹੋਤਾ ਹੈ ਇਸਮੇ। ਆਪ ਮੁਝੇ ਦਿਖਾਓ ਕੋਈ ਪੌਦਾ ਨਿਕਾਲ ਕੇ ਵੀ ਇਸਮੇ ਪਾਣੀ ਮਿੱਟੀ ਨਹੀਂ ਹੈ, ਕਿਉਂਕਿ ਮੁਝੇ ਯਕੀਨ ਨਹੀਂ ਹੋ ਰਹਾ ਵੀ ਇਸਮੇ ਮਿੱਟੀ ਨਹੀਂ ਹੈ। ਇਸਮੇ ਕੋਈ ਮਿੱਟੀ ਨਹੀਂ ਹੈ ਸਰ, ਪਾਣੀ ਪੇ ਚਲਤਾ ਔਰ ਵਹਾਂ ਪੇ ਜੋ ਮੋਟਰ ਲਗੀ ਹੈ ਉਸਮੇ ਪਾਣੀ ਸਰਕੂਲੇਟ ਹੋਤਾ ਰਹਤਾ ਹੈ 15-20 ਦਿਨੋਂ ਤੱਕ। ਅੱਛਾ, ਕੌਨ ਸਾ ਪੌਦਾ ਪਾਣੀ ਪੇ ਚਲਤਾ ਹੈ, ਕੌਨ ਸਾ ਪੌਦਾ ਮਿੱਟੀ ਮੇ ਹੈ, ਯੇ ਕੌਨ ਕੌਨ ਸੇ ਪੌਦੇ ਹੈ ਜੋ ਕਿ ਸਿਰਫ
पानी पे चलते हैं। एलोवेरा, नीम, तुलसी, ऐसे और भी सारे बेल और भी सारे प्लांट्स हैं। पीपल भी जो पानी पे हो सकता है ये मुझे आपने कहीं ये बाद में तो नहीं लगाया, मतलब कि ये जैसे मिट्टी में आपने उगा ली है और बाद में ये यहाँ लगा के दिखाए? ये देखिए सर, बिल्कुल भी मिट्टी नहीं है इसमें, सब पानी बिल्कुल है सिर्फ। ये मिट्टी से नहीं निकाला हुआ? नो, यही लगाया था। अच्छा चलो मैं आपकी बात मान लिया, भी ये पानी में इतना बड़ा हो गया। पीपल तो बहुत बड़ा हो जाता है, बड़ा पेड़ बन जाता है और इसकी एज भी बहुत ज्यादा होती है। मेरे ख्याल मैक्सिमम जिनकी एज होती है उसमें पीपल भी शामिल है। अब ये पाइप तो छोटी सी है, छोटा सा ये है, अब ये बड़ा हो जाएगा तो फिर हम क्या करेंगे? जैसे कि बड़ा हो गया तो हम इसको जैसे कि यहाँ से उतार के हम यहाँ फिर इसको शिफ्ट कर देंगे और फिर ये बड़ा होता रहेगा। अच्छा, एक तरह का नर्सरी का काम करते हैं? यस सर, यही हम कह सकते हैं इसमें हम नर्सरी। अच्छा, ये शहरों के लिए कैसे ये बेनिफिट है? सर जैसे शहरों में ज्यादा लैंड नहीं होती अर्बन एरियाज में, हाँ। तो वहाँ पे हम इसे अपने घर के ऊपर या घर के पास लगा सकते हैं और ये ज्यादा स्पेस भी कवर नहीं करता तो ये अच्छा रहता है। अच्छा, इसमें पानी ज्यादा नहीं यूज होगा? क्योंकि मिट्टी में तो हम पानी डिप डिप करके भी दे सकते हैं, इसमें हमें लगातार पानी चाहिए। आपको नहीं लगता इसमें मैक्सिमम पानी, और पानी की तो हमारे देश में वैसे शॉर्टेज है, तो आपको नहीं लगता पानी इसमें ज्यादा वेस्ट होगा? नो सर, ये इसमें पानी पूरा 10 लीटर जब जाता है सर्कुलेट होता रहता है तो वो पूरा 15-20 दिनों के लिए होता रहता है। अगर हम ऐसे ही प्लांट्स को लैंड में लगाएंगे किसी में जमीन में तो वहाँ पे ज्यादा पानी कंज्यूम होता है प्लांट्स को। अच्छा, मतलब इसमें आप ये भी कह सकते हैं इससे पानी की बचत हो रही है उल्टा? ये एक बड़ा, आपका क्या मानना है इस बारे में? सर बिल्कुल, यहाँ पे पानी की बचत ज्यादा हो रही है क्योंकि अब 10 लीटर अगर आप मिट्टी में डालेंगे तो वो कहाँ चला जाता है पता भी नहीं लगता, और ये 10-15 दिन तक जो पानी यहाँ पे चल रहा है उससे ज्यादा क्या हो सकता है कि इतना पानी यहाँ पे बच रहा है। तो इसमें मतलब कि देखो इसको रेगुलर पानी चाहिए तो फिर बिजली लगती होगी, मोटर लगती होगी? सर यस, बिजली लगती है यहाँ पर पानी आपको एक बार ही उस मोटर में डालना है, फिर वो सर्कुलेट होता रहता है 10-15 दिन बाद, फिर आप चेक करिए अगर पानी कम है तो और डाल के फिर और 10-15 दिन तक चला सकते हैं। वो पानी खराब नहीं होता? मतलब कि लगातार आपने 10 लीटर एक बारी में मैंने डाल दिया, 10-15 दिन चलेगा तो पानी खराब नहीं हो जाएगा? उसमें काई नहीं जम जाएगी, वो खराब नहीं हो जाएगा? नो सर, खराब क्यों होगा, क्योंकि मोटर है, मोटर बार बार पानी चलता ही रहता है, चलता हुआ पानी खराब नहीं होगा। अच्छा, चलता हुआ पानी खराब नहीं होता? नहीं होगा सर। भाई तो देखो एक बहुत बढ़िया कंसेप्ट है और बच्चे ने मतलब कि एक बच्चों लिए देखो कितनी बढ़िया चीज हैगी है, बच्चों को पूरा दसया जाता है इस कंसेप्ट बारे और बच्चे भी देखो कितना ट्रेंड है गया, उन्होंने पता है भी पाइप च किदां आपां छोटे छोटे प्लांट जड़े आ उगा सकते हैं, और शहरों खास करके क्योंकि जिते जगह की कमी है इस तरह पाइपां थोड़ी जी उच्चियां लगा के असी नीचे अपना काम भी कर सकते हैं और किसी तरह की कोई गंदगी जड़ी है इतों नहीं फैलती, और ये बिजनेस का काम भी किया जा सकता है। शहरों च आप नर्सरी भी बना सकते हैं, एक छोटी जी जगह पर नर्सरी बना के मतलब कि इस तरह के प्लांट उगा के बाद चो सेल आउट भी किए जा सकते हैं, और ये जड़ा कंसैप्ट है एक सरकारी स्कूल दे विच लगाया गया ताकि बच्चे जड़े आ ट्रेंड हो सकन, बच्चों नू इस चीज़ का पता चल सके। इस तरह दियाँ जड़ियाँ दिक्कतां हैगियां असीं ज़्यादातर साढ़े मन च ये रहिंदा भी सरकारी स्कूल जड़े आ वो बच्चों की परवाह नहीं करते या बच्चों की स्टडी के उत्ते ध्यान नहीं देंदे, पर यह चंडीगढ़ का जड़ा सरकारी स्कूल है इस मामले च इन्हें प्राइवेट स्कूलों नू किते पिछे छड़ दिता। मैं दिनेश कोल कैमरामैन सुमित के नाल थैंक्स फॉर टीवी चंडीगढ़ तो। देश दुनिया की हर खबर सबसे पहले देखने के लिए फॉलो करें
दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।